ਪੰਜਾਬ ਕੈਬਨਿਟ ਜੰਗਲਾਤ ਅਤੇ ਸਮਾਜਿਕ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਨਾਭਾ ਵਿਖੇ ਆਪਣੀ ਹੀ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਮੰਤਰੀ ਨੇ ਹਾੜੀ ਦੀ ਫਸਲ ਸੰਬੰਧੀ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਦਿੱਤੇ ਗਏ ਹਨ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਪ੍ਰਾਈਵੇਟ ਸਕੂਲਾਂ 'ਤੇ ਬੋਲਦੇ ਹੋਏ ਕਿਹਾ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਦੀ ਇਨਕੁਆਇਰੀ ਕੀਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਜੋ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਵਾਅਦੇ ਕੀਤੇ ਹਨ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ। ਇਸ ਸੰਬੰਧੀ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਕਿਹਾ ਕਿ ਜੋ ਕੈਪਟਨ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਅਦੇ ਕੀਤੇ ਹਨ ਉਹ ਉਹਨਾਂ ਨੂੰ ਪੂਰਾ ਕਰਨਗੇ। ਇਹਦੇ ਪ੍ਰਬੰਧ ਚੱਲ ਰਹੇ ਨੇ, ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਏਗੀ, ਪ੍ਰਬੰਧ ਬਹੁਤ ਵਧੀਆ ਹੋਣਗੇ। ਪਹਿਲਾਂ ਵੀ ਨਹੀਂ ਕੈਪਟਨ ਸਾਹਿਬ ਦੇ ਰਾਜ 'ਚ ਕਦੇ ਦਿੱਕਤ ਆਈ ਸੀ, ਹੁਣ ਵੀ ਨਹੀਂ ਦਿੱਕਤ ਆਉਂਦੀ ਕਿਸਾਨਾਂ ਨੂੰ। ਚੋਣ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ, ਉਸ ਸੰਬੰਧ ਦੇ ਵਿੱਚ ਉਹਨਾਂ ਨੇ ਸਾਰੀ ਕੈਬਨਿਟ ਦੀ ਮੀਟਿੰਗ ਕੀਤੀ ਅਤੇ ਇੰਨੀ ਤੇਜ਼ੀ ਦੇ ਨਾਲ ਕੰਮ ਕਰ ਰਹੇ ਨੇ, ਚਾਹੇ ਉਹ ਕਿਸਾਨਾਂ ਦਾ ਹੋਵੇ, ਚਾਹੇ ਇੰਪਲਾਈਜ਼ ਦਾ ਹੋਵੇ, ਚਾਹੇ ਮਾਈਨਿੰਗ ਦਾ ਹੋਵੇ। ਸਾਨੂੰ ਪੂਰੀ ਉਮੀਦ ਆ ਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਜਲਦੀ ਤੋਂ ਜਲਦੀ ਜਿਹੜੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਨੇ ਉਹ ਬਹੁਤ ਜਲਦੀ ਪੂਰੇ ਕਰਨਗੇ। ਪੰਜਾਬ ਨਾਭਾ ਤੋਂ ਸੁਖਚੈਨ ਸਿੰਘ ਜੀਵੇ ਪੰਜਾਬ ਦੇ। ਪਹਿਲੇ ਕੋਈ ਕਰਕੇ ਦਿਖਾਏ, ਜਬ ਕਹੀਂ ਨਹੀਂ ਹੋ ਸਮਾਧਾਨ ਤੋ ਆਪਕੀ ਹਰ ਸਮੱਸਿਆ ਕਾ ਹੋਗਾ ਸਮਾਧਾਨ ਯਹਾਂ। ਨੋ ਫੀਸ ਨੋ ਚਾਰਜ, 11 ਘੰਟੋ ਮੇ 101% ਸਮਾਧਾਨ। ਸਪੈਸ਼ਲਿਸਟ ਕੀਆ ਕਰਾਇਆ, ਪ੍ਰੇਮ ਵਿਵਾਹ, ਸੌਤਨ ਕਾ ਦੁੱਖ, ਪ੍ਰੇਮ ਸੰਬੰਧ, ਮਨਚਾਹਾ ਪ੍ਰੇਮ ਵਿਵਾਹ, ਵਿਆਹ ਵਸ਼ੀਕਰਨ, ਨੌਕਰੀ ਯਾ ਕਾਰੋਬਾਰ। ਪੰਡਿਤ ਮਹਾਗੁਰੂ ਜੀ 9781464992 9779838723।